ਪਾਕਿਸਤਾਨ ਦੇ ਇੱਕ ਗਰੀਬ ਪਰਿਵਾਰ ਦੇ 16 ਸਾਲ ਦੇ ਬੱਚੇ ਮੁਬਾਰਕ ਨੂੰ ਮੁੜ ਪਾਕਿਸਤਾਨ ਭੇਜਣ ਲਈ ਅੱਜ ਲੁਧਿਆਣਾ ਵਿਖੇ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਸਮਾਜ ਸੇਵੀ ਇਕੱਠੇ ਹੋਏ, ਜਿਨ੍ਹਾਂ ਵਿੱਚ ਲੱਖਾ ਸਿਧਾਣਾ, ਜਾਮਾ ਮਸਜਿਦ ਦੇ ਨਾਇਬ ਇਮਾਮ ਗੁਰਦੀਪ ਗੋਸ਼ਾ ਅਤੇ ਇਨੀਸ਼ਰਸ ਆਫ ਚੇਂਜ ਸੰਸਥਾ ਦੇ ਮੈਂਬਰ ਪਹੁੰਚੇ ਹੋਏ ਸਨ, ਜਿਨ੍ਹਾਂ ਵੱਲੋਂ ਇੱਕ ਪੈਦਲ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਲੁਧਿਆਣਾ ਤੋਂ ਦੂਰ ਦੁਰਾਡੇ ਤੱਕ ਟਰੈਵਲ ਕਰਨ ਵਾਲੇ ਬਾਈਕਰਸ ਵੀ ਮੌਜੂਦ ਸਨ। ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਭਾਵੇਂ ਪੰਜਾਬ ਦੀਆਂ ਜੇਲ੍ਹਾਂ ਜਾਂ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਜਿੰਨੇ ਵੀ ਬੇਕਸੂਰ ਨੇ, ਉਹਨਾਂ ਸਾਰਿਆਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਬਹੁਤ ਜ਼ੁਲਮ ਸਹੇ ਨੇ ਅਤੇ ਜਵਾਨੀ ਪੰਜਾਬ ਦੀ ਕਈ ਸਾਲ ਤਸ਼ੱਦਦ ਦਾ ਸ਼ਿਕਾਰ ਰਹੀ ਹੈ ਅਤੇ ਨਾ ਹੀ ਪਾਕਿਸਤਾਨ ਵੱਲ ਵੀ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਭਾਈਚਾਰਕ ਸਾਂਝ ਆਪਸ ਵਧਾਈ ਜਾਵੇ। ਉਹਨਾਂ ਕਿਹਾ ਕਿ ਉਹ ਇੱਕ ਵਫਦ ਲੈ ਕੇ ਰਾਜਪਾਲ ਨੂੰ ਵੀ ਇਸ ਸੰਬੰਧੀ ਮਿਲਣਗੇ। ਹੈਦਰਾਬਾਦ 'ਚ ਪੁਲਿਸ ਵੱਲੋਂ ਐਨਕਾਊਂਟਰ ਕੀਤੇ ਗਏ ਰੇਪ ਮੁਲਜ਼ਮਾਂ ਨੂੰ ਲੈ ਕੇ ਵੀ ਸਿਧਾਣਾ ਨੇ ਕਿਹਾ ਕਿ ਫੇਕ ਐਨਕਾਊਂਟਰ ਨਹੀਂ ਹੋਣੇ ਚਾਹੀਦੇ, ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਜਿਹੇ ਘਿਨੌਣੇ ਅਪਰਾਧ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਅਦਾਲਤਾਂ ਵੱਲੋਂ ਸਜ਼ਾ ਦੇਣ ਲਈ ਇੱਕ ਕਾਨੂੰਨ ਪਾਸ ਕਰਨ ਦੀ ਲੋੜ ਹੈ। ਜ਼ਿਕਰ ਖਾਸ ਹੈ ਕਿ 2 ਸਾਲ ਪਹਿਲਾਂ ਜਦੋਂ ਮੁਬਾਰਕ ਦੀ ਉਮਰ ਮਹਿਜ 14 ਸਾਲ ਦੀ ਸੀ, ਉਸਨੇ ਘਰੋਂ ਨਾਰਾਜ਼ ਹੋ ਕੇ ਗਲਤੀ ਨਾਲ ਸਰਹੱਦ ਪਾਰ ਕਰ ਲਈ ਸੀ, ਜਿਸ ਤੋਂ ਬਾਅਦ ਭਾਰਤੀ ਫੌਜੀਆਂ ਵੱਲੋਂ ਉਸਨੂੰ ਹਿਰਾਸਤ 'ਚ ਲੈ ਲਿਆ ਗਿਆ। ਕੇਸ ਚੱਲਣ ਤੋਂ ਬਾਅਦ ਅਦਾਲਤਾਂ ਵੱਲੋਂ ਉਸਨੂੰ ਬੇਕਸੂਰ ਪਾਇਆ ਗਿਆ, ਪਰ ਉਸਦੇ ਬਾਵਜੂਦ ਗ੍ਰਹਿ ਮੰਤਰਾਲੇ ਦੀ ਦੇਰੀ ਕਰਕੇ ਮੁਬਾਰਕ ਹਾਲੇ ਤੱਕ ਆਪਣੇ ਘਰ ਤੱਕ ਨਹੀਂ ਪਹੁੰਚ ਸਕਿਆ, ਜਦੋਂ ਕਿ ਉਸਦੇ ਮਾਪੇ ਉਸਦੀ ਸਲਾਮਤੀ ਲਈ ਹਮੇਸ਼ਾ ਦੁਆ ਮੰਗ ਰਹੇ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਇੱਕ ਬੱਚਾ ਜਿਹੜਾ 14-15 ਸਾਲ ਦਾ ਹੁਸ਼ਿਆਰਪੁਰ ਜੇਲ੍ਹ 'ਚ ਬੰਦ ਆ, ਉਹਦੀ ਕੋਰਟ ਨੇ ਉਹਨੂੰ ਮਾਫ਼ ਕਰਤਾ, ਸਜ਼ਾ ਬਰੀ ਹੋ ਗਿਆ ਉਹ, ਅਤੇ ਉਹਨੂੰ ਛੱਡਿਆ ਜਾਣਾ ਚਾਹੀਦਾ। ਸਾਡੇ ਜਿਹੜੇ ਇੱਧਰੋਂ ਪਾਕਿਸਤਾਨ ਫਸੇ ਹੋਏ ਨੇ ਉੱਧਰ ਨੂੰ ਵੀ ਛਡਾਉਣਾ ਚਾਹੀਦਾ, ਜਿਹੜੇ ਗਲਤੀ ਨਾਲ ਹੱਦ ਲੰਘੇ ਆ ਉੱਧਰੋਂ ਇੱਧਰ ਅਤੇ ਇੱਧਰੋਂ ਉੱਧਰ। ਸੋ ਇਸੇ ਨੂੰ ਲੈ ਕੇ ਅਸੀਂ ਇੱਕ ਮੁਹਿੰਮ ਰਿਲੀਜ਼ ਮੁਬਾਰਕ ਨਾਂ ਦੀ ਮੁਹਿੰਮ ਚਲਾਈ ਹੈ, ਸਰਕਾਰ ਤੱਕ ਅਸੀਂ ਗੱਲ ਪਹੁੰਚਾਉਣਾ ਚਾਹੁੰਦੇ ਹਾਂ, ਸੈਂਟਰ ਸਰਕਾਰ ਤੱਕ, ਰਾਜਪਾਲ ਨੂੰ ਇੱਕ ਬਬਤੜਾ ਮਿਲਣ ਜਾਊਗਾ ਕਿ ਉਹ ਜਿਹੜਾ ਬੱਚਾ ਹੁਸ਼ਿਆਰਪੁਰ ਜੇਲ੍ਹ 'ਚ ਬੰਦ ਆ ਉਹਨੂੰ ਭੇਜਿਆ ਜਾਵੇ, ਅਤੇ ਸਰਕਾਰਾਂ ਦੋਨੇ ਮੁਲਕਾਂ ਦੀਆਂ ਗੱਲ ਚਲਾਉਣ ਕਿ ਉੱਧਰ ਜਿਹੜੇ ਬੇਕਸੂਰ ਫਸੇ ਹੋਏ ਉਹਨਾਂ ਨੂੰ ਮੰਗਾਇਆ ਜਾਵੇ ਅਤੇ ਇੱਧਰ ਜਿਹੜੇ ਬੇਕਸੂਰ ਫਸੇ ਹੋਏ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਵਾਪਸ ਭੇਜਿਆ ਜਾਵੇ। ਸੋ ਪੰਜਾਬੀ ਭਾਸ਼ਾ ਦੇ ਨਾਲ ਇਹ ਮੁਹਿੰਮ ਸ਼ੁਰੂ ਕਰ ਰਹੇ ਸੀ, ਕਿਸ ਤਰ੍ਹਾਂ ਦੀ ਕਾਮਯਾਬੀ ਹੋਈ? ਦੇਖੋ, ਅਸੀਂ ਜਿਹੜੀ ਮੁਹਿੰਮ ਆ, ਸਭ ਤੋਂ ਪਹਿਲਾਂ ਇਨਸਾਨੀਅਤ ਆ, ਅਸੀਂ ਇਨਸਾਨੀਅਤ ਲਈ ਲੜ ਰਹੇ ਹਾਂ, ਮਨੁੱਖਤਾ ਨੂੰ ਬਚਾਉਣ ਲਈ ਲੜ ਰਹੇ ਹਾਂ। ਪਰ ਅੱਜ ਦੀ ਗੰਦੀ ਰਾਜਨੀਤੀ ਨੇ ਮਨੁੱਖ ਨੂੰ ਮਨੁੱਖਤਾ ਵੈਰੀ ਬਣਾਤਾ, ਧਰਮ ਦੇ ਨਾਂ 'ਤੇ ਇਹਨਾਂ ਨੇ ਫਿਰਕੂ ਵੰਡੀਆਂ ਪਾਤੀਆਂ, ਹਿੰਦੂ ਸਿੱਖ ਮੁਸਲਮਾਨ ਦਾ, ਜਿਨ੍ਹਾਂ ਨੇ ਇੱਕ ਦੂਜੇ ਨੂੰ ਪੂਰਾ ਨਫ਼ਰਤ ਭਰੀ ਹੋਈ ਹੈ ਮਨਾਂ ਦੇ ਵਿੱਚ। ਪਰ ਅਸੀਂ ਲੋਕ ਨਹੀਂ ਚਾਹੁੰਦੇ, ਅਸੀਂ ਨਹੀਂ ਚਾਹੁੰਦੇ, ਪਾਕਿਸਤਾਨ ਦੇ ਲੋਕ ਨਹੀਂ ਚਾਹੁੰਦੇ ਕਿ ਅਸੀਂ ਲੜੀਏ, ਜੰਗਾਂ ਕਰੀਏ, ਅਸੀਂ ਮਰੀਏ ਮਾਰੀਏ। ਅਸੀਂ ਬਥੇਰਾ ਕਤਲੋ ਗਾਰਤ ਦੇਖ ਲਈ ਆ 72 ਸਾਲਾਂ ਦੇ ਵਿੱਚ, ਹੁਣ ਅਸੀਂ ਨੇੜੇ ਆਉਣਾ ਚਾਹੁੰਦੇ ਹਾਂ, ਅਸੀਂ ਮਿਲਣਾ ਚਾਹੁੰਦੇ ਹਾਂ, ਅਸੀਂ ਇੱਕ ਦੂਜੇ ਦੇ ਸਥਾਨ ਜਿਹੜੇ ਸਾਡੇ ਵਿਛੜ ਗਏ ਨੇ ਉੱਥੇ ਜਾਣਾ ਚਾਹੁੰਦੇ ਹਾਂ। ਸੋ ਸਾਡਾ ਇਹੀ ਮਕਸਦ ਹੈ ਕਿ ਇਹ ਦੋਨੇ ਮੁਲਕ ਜਿਹੜੇ ਅਮਨ ਚੈਨ ਦੇ ਨਾਲ ਚੰਗੇ ਗਵਾਂਢੀ ਦੀ ਤਰ੍ਹਾਂ ਰਹਿਣ, ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਦੋਨਾਂ ਮੁਲਕਾਂ ਲਈ ਬਹੁਤ ਵਧੀਆ ਸਿੱਧ ਹੋਊਗਾ। ਇੱਕ ਸਵਾਲ ਹੈ, ਹੈਦਰਾਬਾਦ 'ਚ ਇੱਕ ਐਨਕਾਊਂਟਰ ਜਿਹੜੇ ਦੋਸ਼ੀ ਸੀ, ਉਹਨਾਂ ਬਾਰੇ ਕੀ ਕਹਿਣਾ? ਦੇਖੋ, ਮੈਂ ਕਹਿੰਦਾ ਕਿ ਜਿਹੜੇ ਬੰਦਿਆਂ ਨੇ ਜ਼ੁਲਮ ਕੀਤਾ, ਜਿਹੜੇ ਬੰਦਿਆਂ ਨੇ ਉਸ ਬੱਚੀ ਦਾ, ਉਸ ਡਾਕਟਰ ਦਾ, ਜਿਹੜੀ ਕੁੜੀ ਦਾ ਉਹਨਾਂ ਨੇ ਬਲਾਤਕਾਰ ਕੀਤਾ, ਬੜੀ ਮੈਂ ਕਹਿੰਦਾ ਦਰਿੰਦਗੀ ਦੇ ਨਾਲ ਕੀਤਾ, ਮਨ ਦੇ ਵਿੱਚ ਗੁੱਸਾ ਆਉਂਦਾ ਵੀ ਯਾਰ ਮੌਕੇ 'ਤੇ ਗੋਲੀ ਮਾਰ ਦਿਓ। ਇਸ ਤਰ੍ਹਾਂ ਉਹਨਾਂ ਨੇ ਬਲਾਤਕਾਰ ਕਰਕੇ ਫਿਰ ਉਹਦਾ ਗਲ ਘੁੱਟ ਕੇ ਮਾਰਿਆ, ਫਿਰ ਉਹਦੇ ਪੈਟਰੋਲ ਡੀਜ਼ਲ ਪਾ ਕੇ ਉਹਨੂੰ ਸਾੜਿਆ ਗਿਆ। ਪਰ ਨਾਲ ਮੈਂ ਇੱਕ ਵੀ ਸਵਾਲ ਖੜਾ ਕਰਦਾ ਕਿ ਇਸ ਤਰ੍ਹਾਂ ਜੇ ਹੋਊਗਾ, ਮੈਂ ਕਹਿੰਦਾ ਕਾਨੂੰਨ ਕਿਹਾ ਸਖ਼ਤ ਬਣ ਜੇ ਕਿ ਨਾਲ ਦੀ ਨਾਲ 3-4 ਮਹੀਨੇ ਦੇ ਅੰਦਰ ਫੈਸਲਾ ਕਰਕੇ ਬਲਾਤਕਾਰ ਜਿਹੜਾ ਬੰਦਾ ਦੋਸ਼ੀ ਪਾਇਆ ਜਾਂਦਾ ਫਾਂਸੀ ਦੇ ਦਿਓ, ਚਾਹੇ ਚਰਾਹੇ 'ਚ ਲਮਕਾ ਦਿਓ, ਇਹ ਬਹੁਤ ਜ਼ਰੂਰੀ ਹੈ। ਪਰ ਜਦੋਂ ਇਸ ਤਰ੍ਹਾਂ ਐਨਕਾਊਂਟਰ ਹੋਣਗੇ ਤਾਂ ਉਹਨਾਂ ਐਨਕਾਊਂਟਰਾਂ ਦੇ ਵਿੱਚ ਆਪਾਂ ਪੰਜਾਬ ਦੀ ਗੱਲ ਕਰਾਂਗੇ ਤਾਂ ਪੰਜਾਬ ਨੇ ਫੇਕ ਐਨਕਾਊਂਟਰ ਦੇਖੇ ਨੇ 84 ਤੋਂ, ਜਿਹੜੀ 80 ਤੋਂ ਲੈ ਕੇ 90-95 ਤੱਕ ਦੀ ਜਿਹੜੀ ਲਹਿਰ ਸੀਗੀ ਉਹਦੇ ਵਿੱਚ ਸਾਡੇ ਪਤਾ ਨਹੀਂ ਕਿੰਨੇ ਕੁ ਇਸ ਦੀ ਆੜ ਦੇ ਵਿੱਚ ਮੁੰਡਿਆਂ ਨੂੰ ਮਾਰਿਆ ਗਿਆ ਸੀਗਾ। ਸੋ ਫੇਕ ਐਨਕਾਊਂਟਰ ਜਿਹੜੇ ਨਹੀਂ ਹੋਣੇ ਚਾਹੀਦੇ, ਪਰ ਇਹਦੇ ਲਈ ਮੈਂ ਕਹਿੰਦਾ ਬਲਾਤਕਾਰ ਜਿਹੜੇ ਹੋ ਰਹੇ ਨੇ ਰੁਕਣਗੇ ਵੀ ਤਾਂ, ਇਹ ਗੱਲ ਜ਼ਰੂਰ ਹੈ। ਇੱਕ ਸੁਨੇਹਾ ਬਹੁਤ ਵਧੀਆ ਗਿਆ,
ਹੁਣ ਜਿਹੜਾ ਵੀ ਬੰਦਾ ਕੋਈ ਬਲਾਤਕਾਰ ਨਹੀਂ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਮਨ ਦੇ ਵਿੱਚ ਡਰ ਹੈਗਾ, ਦਹਿਸ਼ਤ ਬੈਠੂ ਵੀ ਉਹ ਦੇਖੋ ਚਾਰ ਠੋਕ ਤੇ, ਗਲਤੀ ਨਾ ਕਰ ਲਓ, ਪਰ ਇਹਦੇ ਲਈ ਕੋਈ ਨਾ ਕੋਈ ਕਾਨੂੰਨ ਇਸ ਤਰ੍ਹਾਂ ਦਾ ਬਣੇ ਕਿ ਉਹਨੂੰ ਫਾਂਸੀ ਲਾਈ ਜਾਵੇ। ਕੀ ਜਾਵੇ ਸਰ, ਇੱਕ ਬੱਚਾ ਮਾਸੂਮ ਹੈ, ਡੇਢ ਸਾਲ ਤੋਂ ਲਗਾਤਾਰ ਮੁਸ਼ਕਲ ਕਰ ਰਿਹਾ ਹੈ, ਪਰ ਭਾਰਤ ਵੱਲੋਂ ਹਾਲੇ ਤੱਕ ਨਹੀਂ ਛੱਡਿਆ ਜਾ ਰਿਹਾ, ਕੀ ਲੱਗਦਾ ਹੈ ਕਿ ਘਰ ਵਾਪਸੀ ਹੋਣੀ ਚਾਹੀਦੀ ਹੈ? ਬਿਸਮਿਲ੍ਲਾਹਿ ਰਹਿਮਾਨ ਰਹੀਮ, ਅੱਜ ਲੁਧਿਆਣਾ 'ਚ ਸਮੂਹ ਪੰਜਾਬੀ ਜਿਹੜੇ ਨੇ ਇਕੱਠੇ ਹੋਏ ਨੇ ਸਾਰੇ ਧਰਮਾਂ ਦੇ ਲੋਕ, ਸਾਡੀ ਕੇਂਦਰ ਸਰਕਾਰ ਤੋਂ ਅਪੀਲ ਹੈ ਕਿ ਜਿਹੜਾ ਬੱਚਾ ਇੱਕ ਪਾਕਿਸਤਾਨ ਦਾ ਮੁਬਾਰਕ ਨਾਂ ਦਾ ਹੈ ਉਹਨੂੰ, ਜਿਹਨੂੰ ਕਿ ਅਦਾਲਤ ਬਰੀ ਕਰ ਚੁੱਕੀ ਹੈ, ਉਹਨੂੰ ਰਿਹਾਅ ਕੀਤਾ ਜਾਵੇ। ਔਰ ਇਹ ਅਸੀਂ ਇਹ ਨਹੀਂ ਕਿ ਇੱਕ ਖਾਸ ਬੱਚੇ ਦੇ ਲਈ ਅੱਜ ਦੇ ਲਈ ਇਕੱਠੇ ਹੋਏ ਹਾਂ, ਬਲਕਿ ਦੋਨੋਂ ਦੇਸ਼ਾਂ 'ਚ ਪਾਕਿਸਤਾਨਾਂ ਦੀ ਜੇਲ੍ਹਾਂ 'ਚ ਜਿੰਨੇ ਸਾਡੇ ਮੁਬਾਰਕ ਨੇ ਅਤੇ ਭਾਰਤ ਦੀ ਜੇਲ੍ਹਾਂ 'ਚ ਜਿੰਨੇ ਸਾਡੇ ਮੁਬਾਰਕ ਉਹਨਾਂ ਦੇ ਬੰਦ ਨੇ। ਅਸੀਂ ਚਾਹੁੰਦੇ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਜਦ ਅਸੀਂ ਸਾਂਝ ਵਧਾ ਰਹੇ ਹਾਂ ਅਤੇ ਉਹਨਾਂ ਸਾਰੇ ਬੇਕਸੂਰ ਲੋਕਾਂ ਨੂੰ, ਔਰ ਸਿਰਫ ਬੇਕਸੂਰ ਹੀ ਨਹੀਂ, ਜਿਹੜੇ ਆਪਣੀ ਸਜ਼ਾ ਭੁਗਤ ਚੁੱਕੇ ਨੇ, ਐਸੀਆਂ ਮਾਵਾਂ ਸਾਡੇ ਦੇਸ਼ 'ਚ ਮੌਜੂਦ ਨੇ ਜਿਹਨਾਂ ਦੇ ਪੁੱਤ 30-40 ਸਾਲ ਤੋਂ ਪਾਕਿਸਤਾਨ ਦੀ ਜੇਲ੍ਹਾਂ 'ਚ, ਔਰ ਪਾਕਿਸਤਾਨ 'ਚ ਐਸੇ ਲੋਕ ਮੌਜੂਦ ਨੇ ਜਿਹਨਾਂ ਦੇ ਪੁੱਤ ਕਈ ਅਰਸੇ ਤੋਂ ਹਿੰਦੁਸਤਾਨ ਦੀ ਜੇਲ੍ਹਾਂ 'ਚ ਸਜ਼ਾ ਪੂਰੀ ਕਰਕੇ ਬੈਠੇ ਹੋਏ ਨੇ। ਸਮੂਹ ਦੇਸ਼ ਵਾਸੀ ਜਿਹੜੇ ਆ, ਕੇਂਦਰ ਸਰਕਾਰ ਤੋਂ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅੱਜ ਜਦ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਅਸੀਂ ਇੱਕ ਵਾਰੀ ਦੋਨੋਂ ਮੁਲਕਾਂ ਨੇ ਗੱਲ ਵੱਖਰੀ ਪਾਈ ਹੈ, ਅਤੇ ਉਹਨਾਂ ਸਾਰੇ ਬੇਕਸੂਰ ਲੋਕਾਂ ਨੂੰ ਵੀ ਅਤੇ ਜਿਹੜੇ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਵੀ ਇੱਕ ਵਾਰੀ ਰਿਹਾਅ ਕਰਕੇ ਇਹ ਆਪਸੀ ਭਾਈਚਾਰਕ ਸਾਂਝ ਜਿਹੜੀ ਇਹਨੂੰ ਇੱਕ ਵਾਰੀ ਫਿਰ ਵਧਾਈਏ। ਮੇਰਾ ਨਾਮ ਗੌਰਵਦੀਪ ਸਿੰਘ ਹੈ ਜੀ, ਇਨੀਸ਼ੀਏਟਿਵਸ ਆਫ ਚੇਂਜ ਔਰਗਨਾਈਜੇਸ਼ਨ ਵੱਲੋਂ ਅਤੇ ਸਾਰੇ ਲੁਧਿਆਣੇ ਦੇ ਨੌਜਵਾਨਾਂ ਵੱਲੋਂ ਅੱਜ ਇੱਕ ਮਿਲ ਕੇ ਇੱਕ ਹਮਲਾ ਮਾਰਿਆ ਗਿਆ। 16 ਸਾਲ ਦਾ ਇੱਕ ਬੱਚਾ ਜੋ ਪਾਕਿਸਤਾਨ ਦਾ ਇੱਕ ਮਾਸੂਮ ਬੱਚਾ ਬਿਲਾਲ ਮੁਬਸ਼ਰ ਬਿਲਾਲ, ਜਿਨ੍ਹਾਂ ਨੂੰ ਮੁਬਾਰਕ ਦੇ ਨਾਮ 'ਤੇ ਵੀ ਅਸੀਂ ਹੁਣ ਜਾਣਨ ਲੱਗ ਗਏ ਹਾਂ, 2 ਸਾਲ ਪਹਿਲਾਂ ਬਾਰਡਰ ਕਰੋਸ ਕਰਦਾ ਗਲਤੀ ਦੇ ਨਾਲ ਅਤੇ ਭਾਰਤ ਆ ਜਾਂਦਾ, ਅਤੇ ਗਲਤੀ ਨਾਲ ਬਾਰਡਰ ਕਰਾਸ ਕਰਨ ਤੋਂ ਬਾਅਦ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ BSF ਵੱਲੋਂ, ਅਤੇ ਉਸ ਤੋਂ ਬਾਅਦ ਉਹਦੇ 'ਤੇ ਕੇਸ ਚੱਲਦਾ, ਉਹ ਕੇਸ 'ਚੋਂ ਬਰੀ ਹੋ ਜਾਂਦਾ, ਤਰਨ ਤਾਰਨ ਦੀ ਅਦਾਲਤ ਉਹਨੂੰ ਬਰੀ ਕਰਦੀ ਹੈ। ਉਸ ਤੋਂ ਬਾਅਦ 1.5 ਸਾਲ ਉਸਦੇ ਮਾਂ ਪਿਓ ਉਹਨੂੰ ਉਡੀਕਦੇ ਆ, ਉਹਨੂੰ ਉਡੀਕਦੇ, ਉਹਨੂੰ ਮਿਲਣ ਨੂੰ ਉਡੀਕਦੇ, ਉਹ ਬੱਚਾ ਆਪਣੇ ਘਰ ਨਹੀਂ ਜਾ ਪਾਉਂਦਾ। ਅੱਜ 1.5 ਸਾਲ ਤੋਂ ਉਹ ਬੱਚਾ ਇੱਥੇ ਹੁਸ਼ਿਆਰਪੁਰ ਦੇ ਜੁਵੇਨਾਈਲ ਹੋਮ ਦੇ ਵਿੱਚ ਬੈਠਾ ਹੋਇਆ, ਅਤੇ ਅਸੀਂ ਇਹ ਸੋਚਿਆ ਕਿ ਜੇ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾਂ ਮਨਾਉਣ ਦੇ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ, ਕਰਤਾਰਪੁਰ ਲਾਂਘੇ ਦੀ ਅਸੀਂ ਗੱਲ ਕਰਦੇ ਹਾਂ, ਅਤੇ ਜੇ ਪਿਆਰ ਦੇ ਲਾਂਘੇ ਦੇ ਵਿੱਚੋਂ ਅਸੀਂ ਇੱਕ 16 ਸਾਲ ਦੇ ਬੱਚੇ ਨੂੰ ਆਪਣੇ ਮਾਂ ਪਿਓ ਨਾਲ ਨਾ ਮਿਲਵਾ ਪਾਏ ਤਾਂ ਸਾਡਾ ਕਿਤੇ ਗੁਰਪੁਰਬ ਮਨਾਇਆ ਸਫਲਾ ਨਹੀਂ ਹੋ ਪਾਉਣਾ। ਸੋ ਸਾਨੂੰ ਲੱਗਦਾ ਕਿ ਅੱਜ ਅਮਨ ਦੇ ਲਈ, ਸ਼ਾਂਤੀ ਦੇ ਲਈ, ਪਿਆਰ ਦੇ ਲਈ, ਇਨਸਾਨੀਅਤ ਦੇ ਲਈ ਅਤੇ ਇਨਸਾਫ਼ ਦੇ ਲਈ ਅੱਜ ਇਨਸਾਫ਼ ਪਸੰਦ ਲੋਕ ਲੁਧਿਆਣੇ ਦੇ ਇਕੱਠੇ ਹੋਏ ਆ। ਸਾਨੂੰ ਮਾਣ ਹੈ, ਸਾਡੇ ਨਾਲ ਬਹੁਤ ਸਾਰੀਆਂ ਸੰਸਥਾਵਾਂ ਵੀ ਜੁੜੀਆਂ, ਬਹੁਤ ਸਾਰੇ ਬਾਈਕਰਸ ਗਰੁੱਪ ਜੁੜੇ ਆ, ਬਹੁਤ ਸਾਰੇ ਨੌਜਵਾਨ ਜੁੜੇ ਆ, ਬਹੁਤ ਸਾਰੇ ਸੋਸ਼ਲ ਐਕਟਿਵਿਸਟ ਆਏ ਹੋਏ ਆ, ਅਤੇ ਇਹੀ ਦਿਖਦਾ ਕਿ ਸ਼ਹਿਰ ਦੀ ਜ਼ਮੀਰ ਹਲੇ ਜਿਉਂਦੀ ਆ, ਅਤੇ ਜਾਗਦੀ ਜ਼ਮੀਰ ਵਾਲੇ ਲੋਕ ਜਿਹੜੇ ਆ ਇਹ ਮਿਲ ਕੇ ਜ਼ਰੂਰ ਕੋਈ ਇਨਸਾਫ਼ ਅੱਗੇ ਲੈ ਕੇ ਆਉਣਗੇ। ਹਾਂਜੀ, ਇਸ ਕੇਸ ਦੇ ਕੋਰਟ ਆਰਡਰ ਜਦ ਅਸੀਂ ਪੜ੍ਹੇ ਇਹ ਉਸ ਤੋਂ ਬਾਅਦ ਹੀ ਪਲਾਨ ਕੀਤਾ ਗਿਆ, ਜਦ ਕੋਰਟ ਦਾ ਜਜਮੈਂਟ ਪੜ੍ਹੀ ਹੈ, ਜਜਮੈਂਟ ਪੜ੍ਹਨ ਤੋਂ ਬਾਅਦ ਹੀ ਪਲਾਨ ਕੀਤਾ ਗਿਆ ਕਿ ਕਿਉਂ ਨਾ ਅਸੀਂ ਸਾਰੇ ਇਕੱਠੇ ਹੋਈਏ, ਕਿਉਂਕਿ ਇਹੋ ਜਿਹੀ ਚੀਜ਼ ਅਸੀਂ ਨਹੀਂ ਕਰਨਾ ਚਾਹੁੰਦੇ ਜੋ ਕਾਨੂੰਨ ਦੇ ਉਲਟ ਹੋਏ, ਅਤੇ ਕਿਉਂਕਿ ਕਾਨੂੰਨ ਦੇ ਤਹਿਤ ਹੈ, ਕਿਉਂਕਿ ਜਜਮੈਂਟ ਦੇ ਵਿੱਚ ਬੱਚਾ ਬਰੀ ਹੋ ਚੁੱਕਿਆ। ਇਸੇ ਲਈ ਸਾਨੂੰ ਲੱਗਿਆ ਕਿ ਇਹ ਫਿਰ ਇਨਸਾਫ਼ ਹੈ ਸਾਡੇ ਕਾਨੂੰਨ ਦਾ ਵੀ, ਕਿ ਜੇ ਇੱਕ ਬੱਚੇ ਨੂੰ ਬਰੀ ਕਰਤਾ ਅਦਾਲਤ ਨੇ ਤਾਂ ਉਹ ਇਨਸਾਫ਼ ਹੈ ਕਿ ਉਹ ਬੱਚਾ ਆਪਣੇ। ਬਲਾ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।